ਆਪਣੀ ਗੱਲਾਂ ਦਾ ਜਵਾਬ ਨਹੀਂ ਦੇਣਾ ਆਪਣੀ ਗੱਲਾਂ ਦਾ ਜਵਾਬ ਨਹੀਂ ਅਸੀਂ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰਨਾ ਜੀ, ਬੀਜੇਪੀ ਸਰਕਾਰ ਦਾ ਵਿਰੋਧ ਕਰਨਾ ਜਿਹੜੀ ਕਿਸਾਨਾਂ ਦੀ ਦੁਸ਼ਮਣ ਬਣੀ ਬੈਠੀ ਹੈ, ਅਸੀਂ ਉਹਨਾਂ ਦਾ ਵਿਰੋਧ ਕਰਨਾ। ਅੱਜ ਅਸੀਂ ਇਸ ਟਾਈਮ ਖੜੇ ਹਾਂ ਰਾਜਪੁਰੇ ਤੋਂ ਨਲਾਸ ਰੋਡ ਦੇ ਉੱਤੇ, 31 ਨੰਬਰ ਵਾਰਡ ਪੈਂਦੀ ਹੈ ਇੱਥੇ। ਇੱਥੇ ਪਤਾ ਲੱਗਿਆ ਸਾਨੂੰ ਵੀ ਮਹਾਰਾਣੀ ਪ੍ਰਨੀਤ ਕੌਰ ਜੀ ਆ ਰਹੇ ਨੇ ਇੱਥੇ ਚੋਣ ਪ੍ਰਚਾਰ ਕਰਨ। ਜੋ ਸਾਡੇ ਵੱਲੋਂ ਜਿਹੜੇ ਦੋਨੇ ਕਿਸਾਨ ਮਜ਼ਦੂਰ ਮੋਰਚਾ ਅਤੇ SKM ਨੋਨ ਪੋਲੀਟੀਕਲ ਵੱਲੋਂ ਇਹਨਾਂ ਦਾ ਵਿਰੋਧ ਕਰਨ ਦੀ ਕਾਲ ਦੇ ਗਈ ਹੈ, ਉਹਦੇ ਤਹਿਤ ਅਸੀਂ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਦਾ, ਜੋ BJP ਦੇ ਕੈਂਡੀਡੇਟ ਆ, ਉਹਦਾ ਵਿਰੋਧ ਕਰਨ ਆਏ ਹੋਏ ਹਾਂ। ਕਿਉਂਕਿ ਇਹਨਾਂ ਨੇ ਪਹਿਲਾਂ ਪਿੱਛੇ ਸ਼ਹਿਰ 'ਚ 1-2 ਸਦ ਮੀਟਿੰਗ ਕਰਾਏ, ਉਹ ਸਾਨੂੰ ਨਹੀਂ ਪਤਾ ਲੱਗਿਆ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇੱਥੇ ਇਕੱਠੇ ਹੋਏ ਹਾਂ, ਇਹਨਾਂ ਡਟਮਾ ਵਿਰੋਧ ਕਰਾਂਗੇ ਜਿੱਥੇ ਵੀ ਜਾਣਗੇ, ਅਤੇ ਪਿੰਡ 'ਚ ਕਿਤੇ ਵੀ ਜਾਣਗੇ ਅਸੀਂ ਇਹਨਾਂ ਦਾ ਪੁਰਜ਼ੋਰ ਵਿਰੋਧ ਕਰਦੇ ਰਹਾਂਗੇ। ਅਸੀਂ ਲੋਕਾਂ ਨੂੰ ਅਪੀਲ ਵੀ ਤੁਹਾਡੇ ਸਾਧਨ ਰਾਹੀਂ ਕਹਾਂਗੇ ਵੀ ਇਹ ਉਹ ਕਾਤਲ ਸਰਕਾਰ ਹੈ ਜਿਹਨੇ ਸਾਡੇ 750 ਕਿਸਾਨ ਪਹਿਲਾਂ ਸ਼ਹੀਦ ਕਰੇ, ਜਦੋਂ 2020 ਦੇ 21 ਦਾ ਅੰਦੋਲਨ ਸੀਗਾ, ਅਤੇ ਸਾਡਾ ਜਿਹੜਾ ਇਹ ਹੁਣ ਅੰਦੋਲਨ ਚੱਲਿਆ ਹੈਗਾ 24 ਵਾਲਾ, ਇਹਦੇ ਸਾਡਾ ਕਾਕਾ ਸ਼ੁਭਕਰਨ ਜੀ ਸ਼ਹੀਦ ਕਰਿਆ। ਮੈਂ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਕਰੂੰਗਾ ਵੀਰ ਜੀ, ਸਾਰੇ ਜਿੰਨੇ ਵੀ ਵੋਟਰ ਨੇ ਸਾਡੇ, BJP ਸਰਕਾਰ ਦਾ ਪੂਰਾ ਵਿਰੋਧ ਕਰੋ ਜਿੱਥੇ ਵੀ ਇਹਨਾਂ ਦੇ ਕੈਂਡੀਡੇਟ ਜਾਂਦੇ।